ਸਾਡੀ ਸਾਲਟ ਦੇ ਦੋ, ਮੋਦਕੀ ਸੇਖੋਂ ਦੀ ਸਾਰੀ ਮਦਦ ਕਰਦੇ ਪਏ ਆ। ਗਨਮੈਨ ਨੂੰ ਸਾਲਟ ਦੇ ਦੋ, ਕੰਮ ਕੀ ਉੱਥੇ ਆਉਣ ਦਾ ਗਿਆ? ਸਾਰੇ ਮੋਦੀ ਕੀ ਸੇਖੋਂ ਦੇ ਨਾਂ ਰਲੇ ਆ। ਤੁਸੀਂ ਗੈਂਗਸਟਰਾਂ ਦੀ ਮਦਦ ਨਾ ਕਰਾਓ ਸਰ, ਹੁਣ ਵੀ ਹੁੰਦਾ ਕੋਈ ਆ ਜਾਓ। ਸਾਰੀਆਂ ਗੱਡੀਆਂ ਅਸੀਂ ਲਿਜਾਂਦੇ ਹਾਂ, ਹੁਣ ਥਾਣੇ ਲਿਜਾਂਦੇ, ਉੱਥੇ ਪਰ ਕੱਟੋ ਨੰਬਰ। ਨਰਵੀਰ ਸਿੰਘ, ਗੁਰਪ੍ਰੀਤ ਸਿੰਘ, ਸਾਬਕਾ ਸਰਪੰਚ ਪਿੰਡ ਭੰਬਾ ਲੰਡਾ। ਅੱਜ ਇਲੈਕਸ਼ਨ, ਸਰਪੰਚੀ ਦਾ ਇਲੈਕਸ਼ਨ ਚੱਲਦਾ ਸੀ। ਅਸੀਂ ਜਿਹੜਾ ਤਲਵੰਡੀ ਭਾਈ ਕਾਗਜ਼ ਭਰਨ ਆਏ ਸੀ, ਜਦੋਂ ਅਸੀਂ ਆਪਦੇ ਸਾਰੇ ਮੈਂਬਰਾਂ ਨਾਲ ਕਾਗਜ਼ ਗੱਡੀਆਂ ਤੋਂ ਉਤਰੇ ਤੇ ਇਹਨਾਂ ਨੇ ਜਿਹੜਾ ਗੁਰਪ੍ਰੀਤ ਸੇਖੋਂ ਮੋਦਕੀ ਆ ਗੈਂਗਸਟਰ, ਜਿਹੜਾ ਅੱਗੇ ਵੀ ਨਾਭਾ ਜੇਲ੍ਹ 'ਚ ਉਦੋਂ ਭੱਜਿਆ ਸੀ, ਉਹਨੇ 200 ਮੁੰਡੇ ਦੇ ਕਰੀਬ ਸੀ ਜਿਹੜਾ ਲੈ ਕੇ ਸਾਡੇ 'ਤੇ ਹਮਲਾ ਕਰਤਾ, ਸਿੱਧੀਆਂ ਗੋਲੀਆਂ ਮਾਰਨੀਆਂ ਸ਼ੁਰੂ ਕਰਤੀਆਂ। ਜਿਹੜੇ ਮੇਰੇ ਗਨਮੈਨ ਸੀ ਇਹਨਾਂ ਨੇ ਮੁੜ ਕੇ ਹਵਾਈ ਫਾਇਰ ਕਰਕੇ ਮੇਰੀ ਜਿਹੜੀ ਜਾਨ ਬਚਾਈ ਆ, ਉਹਨੇ ਸਿੱਧੀਆਂ ਗੋਲੀਆਂ ਮੇਰੇ ਮਾਰੀਆਂ, 4-5 ਜਾਣਿਆਂ ਨੇ। ਮੁੜ ਕੇ ਸਾਡੇ ਇੱਕ ਨਾਲ ਸਾਥੀ ਦੇ ਗੋਲੀ ਵੀ ਲੱਗ ਗਈ ਆ। ਅਤੇ ਇਹ ਜਿਹੜਾ ਕੰਮ ਆ, ਰੀਸ਼ ਦਈਆ ਸਾਡੇ MLA ਆ ਫਿਰੋਜ਼ਪੁਰ ਦਿਹਾਤੀ ਦਾ, ਸਭ ਕੁਛ ਉਹ ਕਰਾ ਰਿਹਾ। ਮੈਨੂੰ ਸੁਬਹਾ ਧਮਕੀ ਵੀ ਆਈ ਆ ਫੋਨ 'ਤੇ, ਜਿਹੜਾ ਮੈਂ ਅਫਸਰਾਂ ਦੇ ਧਿਆਨ 'ਚ ਲਿਆਂਦਾ, SHO ਦੇ ਧਿਆਨ 'ਚ ਲਿਆਂਦਾ, SSP ਮੈਡਮ ਨੂੰ ਮੈਸੇਜ ਭੇਜਿਆ, SPD ਨੂੰ ਭੇਜਿਆ ਵੀ ਜਿਹੜਾ ਅੱਜ ਉਹਨੇ ਕਿਹਾ ਜੇ ਕਾਗਜ਼ ਭਰਨਾ ਹੈ ਤੈਨੂੰ ਛੱਡਣਾ ਨਹੀਂ ਗਾ। ਵੇਖੋ ਕਿਹੋ ਜਿਹਾ ਰਾਜ ਆ CM ਸਾਹਿਬ, ਮੈਂ ਤੁਹਾਨੂੰ ਬੇਨਤੀ ਕਰਦਾ, ਇਹ ਤੁਸੀਂ ਤਾਂ ਆਉਂਦੇ ਸੀ ਬਲਦਾ ਆਊਗਾ, ਗੈਂਗਸਟਰ ਪੈਦਾ ਹੋ ਗਏ ਸਾਡੇ ਦਿਹਾਤੀ ਹਲਕੇ 'ਚ, ਗੈਂਗਸਟਰ ਇੱਥੇ ਕਾਗਜ਼ ਭਰਾ ਰਹੇ, ਗੋਲੀਆਂ ਚਲਾ ਰਹੇ ਸ਼ਰੇਆਮ। ਇਹ ਸਾਡਾ MLA ਜਿਹੜਾ ਰੀਸ਼ ਦਈਆ, ਇਹਨੇ ਸਾਰੀਆਂ ਪੰਚਾਇਤਾਂ ਨਾਲ ਕਰਕੇ ਉਹਨੂੰ ਇੱਥੇ ਪਾਇਆ, 200 ਮੁੰਡਾ ਲੈ ਕੇ ਵੀ ਅਸੀਂ ਕਿਸੇ ਨੂੰ ਕਾਗਜ਼ ਨਹੀਂ ਭਰਦੇ। 10 ਸਾਲ ਹੋ ਗਏ ਮੈਂ ਗੈਂਗਸਟਰਾਂ ਨਾਲ ਲੜਾਈ ਲੜਦਾ। ਇੱਥੇ ਜਿਹੜੇ ਅਫਸਰ ਸਾਡੇ ਹਰਦਿਆਲ ਸਿੰਘ ਮਾਨ SSP ਰਹੇ ਆ, ਉਹਨਾਂ ਨੂੰ ਮੇਰੇ ਬਾਰੇ ਪੁੱਛੋ। ਪ੍ਰੀਤਮ ਸਿੰਘ SSP ਰਹੇ, ਭੁਪਿੰਦਰ ਸਿੰਘ ਰਹੇ ਆ, IG ਮੁਖਵਿੰਦਰ ਸਿੰਘ ਛੀਨਾ ਰਿਹਾ, ਉਹਨਾਂ ਨੂੰ ਸਾਡੇ ਬਾਰੇ ਪੁੱਛੋ। ਇਹ ਗੈਂਗਸਟਰਾਂ ਵਿਰੁੱਧ ਮੈਂ ਡੱਟ ਕੇ ਕੰਮ ਕੀਤਾ, ਦਿਨ ਕੋ ਰਾਤ ਮੈਂ ਉਹਦੀ ਜਾਨ ਦੀ ਪਰਵਾਹ ਨਹੀਂ ਕੀਤੀ। ਮੇਰੇ 'ਤੇ 4 ਹਮਲੇ ਅੱਗੇ ਹੋਏ, ਮੇਰੀ ਗੱਡੀ 'ਚ ਇੱਕ ਵਾਰੀ 35 ਗੋਲੀਆਂ ਮਾਰੀਆਂ, 2 ਮੇਰੇ ਗੋਲੀਆਂ ਲੱਗੀਆਂ ਵੀ ਸੀ, ਪਰ ਮੈਂ ਕਿਤੇ ਵੀ ਡਰਿਆ ਨਹੀਂ, ਬਾਬੇ ਨਾਨਕ ਦੀ ਕਿਰਪਾ ਨਾਲ। ਪਰ ਜਿਹੜਾ MLA ਆ, ਇਹਨੇ ਸਾਡਾ ਹਲਕਾ ਸਾਰਾ ਗੈਂਗਸਟਰ, ਮੈਂ ਅੱਜ ਵੀ ਆਉਣਾ, ਮੇਰਾ ਕਹਿਦਾ ਵੀ ਸਾਡਾ ਨੁਕਸਾਨ ਹੁੰਦਾ, ਰੀਸ ਦਈਆ ਇਹਦਾ ਪਰਿਵਾਰ ਸਾਰਾ ਜ਼ਿੰਮੇਦਾਰ ਹੋਊਗਾ। ਇਹਨੂੰ ਕਿ ਇਹ ਗੱਲਾਂ ਬਹੁਤ ਕੋਈ, DGP ਸਾਹਿਬ ਮੈਂ ਤੁਹਾਨੂੰ ਵੀ ਕਹਿਣਾ ਚਾਹੁੰਦਾ, ਵੇਖੋ ਗੈਂਗਸਟਰ ਬਾਹਰ ਖੜਾ, 200 ਬੰਦਾ ਲਈ ਖੜਾ, ਸਾਡੀਆਂ ਗੱਡੀਆਂ ਭੰਨਤੀਆਂ,
ਤੇ ਉਲਟਾ ਸਾਨੂੰ ਪੁਲਿਸ ਦੇ ਉੱਤੇ ਪ੍ਰੈਸ਼ਰ ਪਵਾਇਆ ਜਾ ਰਿਹਾ। ਇੱਥੇ ਬੈਠਾ ਸਾਡੇ ਵੈਪਨ, ਮੇਰੇ ਕੋਲ ਆਪਦਾ ਵੈਪਨ ਹੁੰਦਾ, ਉਹ ਵੀ ਉਹਨਾਂ ਨੇ ਉੱਥੇ ਫੜ ਲਿਆ ਵੀ ਤੂੰ ਤੈਨੂੰ ਵੈਪਨ ਨਹੀਂ ਦੇਣਾ। ਗਨਮੈਨਾਂ ਦੀਆਂ ਸਾਲਟਾਂ ਵੀ ਹੁਣ ਹੁੰਦੇ ਸੀ ਵੀ ਤੁਸੀਂ ਸਾਲਟਾਂ ਨੇ, ਉਹਨੇ ਹੁਣ MLA ਨੂੰ ਫੋਨ ਲਾਈ ਜਾਂਦਾ ਵੀ ਮੈਂ ਇਹਨੂੰ ਛੱਡਣਾ ਨਹੀਂ, ਮੈਂ ਬਾਹਰ ਨਹੀਂ ਨਿਕਲਣ ਦੇਣਾ। ਦੱਸੋ ਹਾਲਾਤ ਵੇਖ ਲਓ ਕਿਹੋ ਜਿਹੇ ਹੋ ਗਏ ਆ, ਜੇ ਗੈਂਗਸਟਰ ਇੰਨਾ ਪੈਦਾ ਹੋਣਾ ਤੇ ਵੇਖ ਲਓ ਇਹਨੂੰ ਰੀਸ ਦਈਆ ਜੀ। ਮੈਂ ਤੈਨੂੰ ਇੱਕ ਦੱਸਣਾ ਚਾਹੁੰਦਾ, ਤੇਰੇ ਜਿਹੜਾ ਦਫ਼ਤਰ ਵਿੱਚ ਸਮਾਨ ਲੱਗਾ CM ਸਾਹਿਬ, ਅੱਜ ਵੈਰੀਫਾਈ ਕਰ ਲਓ ਸਾਰਾ, ਜਿਹੜੇ ਨਸ਼ਾ ਵੇਚਦੇ ਆ ਉਹਨਾਂ ਨੇ AC ਲਵਾ ਕੇ ਦਿੱਤੇ, ਸਾਰਾ ਸਮਾਨ ਲਵਾ ਕੇ ਦਿੱਤਾ ਇਹਦੇ ਉੱਥੇ ਲੱਗਾ। ਤੁਹਾਡਾ ਬੜੇ ਵਰਿੰਦਰ ਕੁਮਾਰ ਜੀ ਆ ਵੀ ਲੈਂਦੇ DGP, ਤੁਸੀਂ ਇਨਕੁਆਇਰੀ ਲਾਓ ਉਹਨਾਂ ਨੂੰ, 2 ਦਿਨ ਦਿਓ ਚ ਸਾਡੇ ਫਿਰੋਜ਼ਪੁਰ ਦਿਹਾਤੀ, ਤੁਹਾਨੂੰ ਪਤਾ ਲੱਗੂ ਕੀ ਹਾਲ ਹੋਇਆ। ਜਿਹੜੇ ਤੁਹਾਡੇ 10-10 ਸਾਲ ਦੇ ਵਰਕਰ ਆ ਉਹਨਾਂ ਨੂੰ ਕਿਸੇ ਨੂੰ ਸਰਪੰਚੀ ਨਹੀਂ ਲੜਾਈ ਜਾ ਰਹੀ, ਜਿਹੜੇ ਦਲ ਬਦਲੂ 2-2 ਮਹੀਨੇ 10-10 ਦਿਨ ਪਹਿਲੋਂ ਆਏ ਆ ਉਹਨਾਂ ਨੂੰ ਸਰਪੰਚੀਆਂ ਲੜਾਈਆਂ ਜਾ ਰਹੀਆਂ। CM ਸਾਹਿਬ ਤੁਹਾਡਾ ਧਿਆਨ ਦਿਓ, ਇਹ ਗੈਂਗਸਟਰਾਂ 10 ਸਾਲ ਡੱਟ ਕੇ ਹੀ ਲੜੇ ਆ ਤੇ ਇਹਨਾਂ ਨੇ ਵੇਖੋ ਸਾਡਾ ਹਾਲ ਆ। ਤੜਕੇ ਮੈਨੂੰ ਮੈਸੇਜ